ਵਿਤਕਰਾ ਹੁੰਦਾ ਹੀ ਹੈ। ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਉਹ ਵੀ ਵਿਰੋਧ ਕਰਦੀਆਂ, ਸੰਸਥਾਵਾਂ ਕੋਈ ਵਿਰੋਧ ਕਰਦੀਆਂ, ਕੋਈ ਸਮਰਥਨ ਦਿੰਦੀਆਂ ਨੇ। ਨੁਕਸਾਨ ਪੂਰੇ ਪੰਜਾਬ ਦਾ ਹੋ ਰਿਹਾ, ਵਪਾਰੀਆਂ ਦਾ ਹੋ ਰਿਹਾ, ਕਿਸੇ ਵਰਗ ਦਾ ਨੁਕਸਾਨ ਹੋਏ ਉਹ ਸਾਰਿਆਂ ਦੇ ਉੱਤੇ ਉਹਦਾ ਅਸਰ ਪੈਂਦਾ। ਦੇਖੋ ਇਹ ਗੱਲ ਨਹੀਂ ਹੈ, ਗੱਲ ਆਰਾਮ ਨਾਲ ਕਰੀਏ, ਜਿਹੜਾ ਰੌਲਾ ਰੱਪਾ ਹੁੰਦਾ ਉਹਦੇ ਵਿੱਚ ਗੱਲ ਨਹੀਂ ਹੁੰਦੀ। ਪਰ ਮੇਰੀ ਜਵਾਬ ਦੇ ਕੇ ਉਹਨਾਂ ਦਾ ਹੱਲ ਨਹੀਂ ਹੋਏਗਾ, ਹੱਲ ਉਹਨਾਂ ਦਾ ਮੌਜੂਦਾ ਸਰਕਾਰ ਦੇ ਨਾਲ ਬੈਠ ਕੇ ਉਹੀ ਹੱਲ ਕਰ ਸਕਦਾ। ਤੁਸੀਂ ਦੇਖ ਰਹੇ ਹੋ ਡੀ ਫਾਈਵ ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ ਮਹਾਰਾਣੀ, ਪ੍ਰਨੀਤ ਕੌਰ ਜੋ ਕਿ ਪਟਿਆਲੇ ਤੋਂ ਭਾਜਪਾ ਦੇ ਉਮੀਦਵਾਰ ਨੇ, ਅੱਜ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਦੇ ਜੋ ਮਸਲੇ ਦਾ ਹੱਲ ਹੈ ਉਹ ਜਿਹੜੀ ਸਰਕਾਰ ਜਿੱਤ ਕੇ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਆਏਗੀ ਉਹਨਾਂ ਨਾਲ ਬਹਿ ਕੇ ਹੀ ਹੋਵੇਗਾ। ਬਹੁਤ ਜ਼ਿਆਦਾ ਦਿਨ ਪਰ ਦਿਨ ਹੁੰਗਾਰਾ ਹੋਰ ਵਧੀ ਜਾ ਰਿਹਾ ਹੈ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਵਧੀਆ ਤਰੀਕੇ ਨਾਲ ਇਹ ਸੀਟ ਕੱਢਾਂਗੇ। ਦੇਖੋ ਕਿਸੇ ਉਮੀਦਵਾਰ ਨੂੰ 100% ਸਪੋਰਟ ਨਹੀਂ ਮਿਲਦੀ, ਵਿਰੋਧ ਤਾਂ ਹੁੰਦਾ ਹੀ ਹੈ। ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਉਹ ਵੀ ਵਿਰੋਧ ਕਰਦੀਆਂ, ਸੰਸਥਾਵਾਂ ਕੋਈ ਵਿਰੋਧ ਕਰਦੀਆਂ, ਕੋਈ ਸਮਰਥਨ ਦਿੰਦੀਆਂ ਨੇ। ਸੋ ਇਹ ਤਾਂ ਚੱਲਦਾ ਆਉਂਦਾ, ਉਹਨਾਂ ਦਾ ਹੱਕ ਹੈ ਉਹ ਕਰਨ। ਪੰਜਾਬ ਨੂੰ ਟ੍ਰੇਨਾਂ ਬੰਦ ਹੈਗੀ ਆ ਜੀ, ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ, ਟ੍ਰੇਨਾਂ ਬੰਦ ਹੈ ਜੀ, ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਲੋਕਾਂ ਦਾ। ਨੁਕਸਾਨ ਪੂਰੇ ਪੰਜਾਬ ਦਾ ਹੋ ਰਿਹਾ, ਵਪਾਰੀਆਂ ਦਾ ਹੋ ਰਿਹਾ, ਕਿਸੇ ਵਰਗ ਦਾ ਨੁਕਸਾਨ ਹੋਏ ਉਹ ਸਾਰਿਆਂ ਦੇ ਉੱਤੇ ਉਹਦਾ ਅਸਰ ਪੈਂਦਾ। ਤਾਂ ਮੇਰਾ ਤਾਂ ਅਪੀਲ ਹੈ ਕਿ ਇਹ ਜਲਦੀ ਆਪਣਾ ਸੋਚ ਕੇ ਟੇਬਲ 'ਤੇ ਆ ਕੇ ਜਦ ਹੁਣ ਸਰਕਾਰ ਬਣੂਗੀ ਉਦੋਂ ਤੱਕ ਥੋੜ੍ਹਾ ਜਿਹਾ ਜੇ ਇਹ ਸਬਰ ਰੱਖਣ ਤਾਂ ਸਾਰੇ ਜਣੇ ਪੰਜਾਬੀ ਇਹਨਾਂ ਦੇ ਨਾਲ ਲੱਗ ਕੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਹੱਲ ਹੋ। ਦੇਖੋ ਇੱਕ ਤਾਂ ਘੱਗਰ ਦਾ ਮੁੱਦਾ ਹੈਗਾ ਜਿਹੜਾ ਹਰ ਵਕਤ ਕੋਸ਼ਿਸ਼ ਕਰਦੀ ਹੈ ਪਰ ਅੱਜ ਤੱਕ ਕਿਸੇ ਤੋਂ ਹੱਲ ਨਹੀਂ ਹੋਇਆ। ਤਾਂ ਮੈਂ ਵੀ ਇਹ ਕਹਿੰਦੀ ਹਾਂ ਕਿ ਮੈਂ 100% ਆਪਣੇ ਵੱਲੋਂ ਕੋਸ਼ਿਸ਼ ਕਰੂੰਗੀ ਔਰ ਮੈਨੂੰ ਯਕੀਨ ਹੈ ਕਿ ਐਤਕੀ ਮੋਦੀ ਜੀ ਦੀ ਸਰਕਾਰ ਦੇ ਵਿੱਚ ਅਸੀਂ ਇਹਨੂੰ ਹੱਲ ਕਰ ਸਕੀਏ। ਇਹ ਪ੍ਰਯਾਸ ਤਾਂ ਕੀਤਾ ਸੀ ਪਰ ਜਦ 3-4 ਵੱਖ ਵੱਖ ਸੂਬੇ ਦੀਆਂ ਸਰਕਾਰਾਂ ਉਹਨਾਂ ਦੀ ਵੱਖ ਵੱਖ ਸੋਚ ਉਹ ਇਕੱਠੇ ਹੋ ਕੇ ਉਹਨਾਂ ਦਾ ਹੱਲ ਨਿਕਲ ਨਹੀਂ ਸਕਿਆ। ਮੈਡਮ, ਡਾਕਟਰ ਗਾਂਧੀ ਲੋਕਾਂ ਦੇ ਵਿੱਚ ਪ੍ਰਚਾਰ ਇਹ ਕਰ ਰਹੇ ਹਨ ਕਿ ਪ੍ਰਨੀਤ ਕੌਰ ਜੀ ਲਗਾਤਾਰ MP ਰਹੇ ਹਨ, ਪਰ ਮੈਂ ਇੱਕ ਵਾਰ MP ਰਹਿ ਕੇ ਰੇਲਵੇ ਪ੍ਰੋਜੈਕਟ ਮੈਂ ਲੈ ਕੇ ਆਇਆ, ਹੋਰ ਲੋਕਾਂ ਦੇ ਕਈ ਪ੍ਰੋਜੈਕਟ ਮੈਂ ਲੈ ਕੇ ਆਇਆ। ਦੂਜੀ ਵਾਰੀ ਕਿਉਂ ਨਹੀਂ ਬਣਿਆ? ਦੂਜੀ ਵਾਰ ਜਮਾਂ ਜਬ ਕੋਈ ਹੋਣਾ ਗੱਲ ਵਿੱਚ ਉਹ ਹੈ, ਠੀਕ ਹੈ ਮੈਨੇ ਬਹੁਤ ਕੰਮ ਕੀਤੇ ਪਰ ਉਹ ਮੇਰਾ ਫਰਜ਼ ਸੀ, ਉਹ ਨਹੀਂ ਕਿ ਹੁਣ ਉਹਨਾਂ ਕੰਮਾਂ ਦੇ ਉੱਤੇ ਤੁਸੀਂ ਕਰੋ। ਉਹ ਤਾਂ ਭਰੋਸਾ ਲੋਕਾਂ ਦਾ ਹੁੰਦਾ ਕੋਈ ਕੌਣ ਕੰਮ ਕਰਾਉਂਦਾ ਕੌਣ ਨਹੀਂ ਕਰਾਉਂਦਾ। ਕੈਪਟਨ ਸਾਹਿਬ ਦਾ ਪਤਾ, ਕੈਪਟਨ ਸਾਹਿਬ ਆ ਜਾਣਗੇ 2-3 ਦਿਨਾਂ ਤੱਕ। ਮੈਮ, ਇੱਕ ਸੋਸ਼ਲ ਮੀਡੀਆ 'ਤੇ ਚਰਚਾ ਚੱਲੀ ਕਿ ਕੱਲ੍ਹ ਜੋ ਸਮਾਣੇ ਦੇ ਵਿੱਚ ਮੁੱਖ ਮੰਤਰੀ ਦੀ ਰੈਲੀ ਹੁੰਦੀ ਹੈ ਉਸ ਦੇ ਵਿੱਚ ਨਰੇਗਾ ਦੇ ਵਰਕਰਾਂ ਨੂੰ ਲਿਜਾਇਆ ਗਿਆ ਹਾਜ਼ਰੀ ਪਵਾ ਕੇ। ਦੇਖੋ ਮੈਨੂੰ ਪਤਾ ਨਹੀਂ, ਉਹ ਤੁਸੀਂ ਜਿਨ੍ਹਾਂ ਨੇ ਰੈਲੀ ਕਰਵਾਈ ਉਹਨਾਂ ਤੋਂ ਪੁੱਛੋ। ਮੈਂ BJP ਵੱਲੋਂ ਲਗਾਤਾਰ ਨਾਰਾ ਲਾਇਆ ਜਾ ਰਿਹਾ ਕਿ 400 ਪਰ, ਹਰੀਸ਼ ਚੌਧਰੀ ਦਾ ਬਿਆਨ ਆਉਂਦਾ ਕਿ 150 ਪਾਰ ਵੀ ਨਹੀਂ ਹੁੰਦੀ ਹੈਗੀ। ਚਲੋ ਲੋਕਾਂ ਦਾ ਫਤਵਾ ਆ ਜਾਊਗਾ, ਉਹ ਜਿਸ ਤਰ੍ਹਾਂ ਮੈਂ ਕਿਹਾ ਵਿਰੋਧੀ ਪਾਰਟੀਆਂ ਨੇ ਵਿਰੋਧ ਕਰਨਾ
ਪਰ ਸਾਨੂੰ ਭਰੋਸਾ ਹੈ ਕਿ 400 ਪਾਰ ਜਾਣਗੇ। ਜਿਹਨੇ ਉਹਨੇ ਬੋਲਿਆ ਉਹ ਵੀ ਕਹਿ ਰਹੇ ਨੇ ਕਿ 400 ਦੇ ਆਸ ਪਾਸ ਆ ਰਹੀ ਹੈ। ਮੈਂ ਤਾਂ ਹਰ ਵਕਤ ਕਹਿੰਦੀ ਹਾਂ ਇਸ ਤਰ੍ਹਾਂ ਕਹਿਣਾ ਨਹੀਂ ਚਾਹੀਦਾ, ਕਿਤੇ 0-13 ਨਾ ਹੋ ਜਾਏ। ਉਹਨਾਂ ਦਾ ਬਲਬੀਰ ਸਿੰਘ ਰਾਜੇਵਾਲ ਵੀ ਮਿਲੇ ਨੇ ਮੈਮ ਇਲੈਕਸ਼ਨ ਕਮਿਸ਼ਨ ਨੂੰ, ਉਹਦਾ ਇਕੱਠੇ ਲੱਗ ਰਹੀ ਹੈ ਇੰਨੇ ਵਰਕਰ, ਮਤਲਬ ਉਤਸ਼ਾਹਿਤ ਹੈ, ਮਤਲਬ ਬਹੁਤ ਵੱਡੀ ਤਦਾਦ ਚ ਆਏ ਪਿਆ, ਜਾਂ ਇਵੇਂ ਹੀ ਪਿਆਰ ਤੁਹਾਨੂੰ ਅੱਗੇ ਵੀ ਮਿਲ ਰਿਹਾ ਜੀ ਲੋਕਾਂ ਦੇ? ਸਾਰੇ ਕਿਤੇ ਪਿਆਰ ਮਿਲ ਰਿਹਾ। ਇਹ ਮੈਂ ਤਾਂ ਲੋਕਾਂ ਦਾ ਧੰਨਵਾਦੀ ਹਾਂ, ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਕਿ ਉਹ ਦੇਖ ਕੇ ਇੱਕ ਬੀਜੇਪੀ ਨੂੰ ਵੀ ਮੌਕਾ ਦੇਣਗੇ। ਦੇਖੋ ਮੇਰੀ ਗੱਲਬਾਤ ਦੇ ਨਾਲ ਚਾਬੀ ਸਾਨੂੰ ਮਿਲੀ ਹੈ। ਮੈਮ ਬਲਬੀਰ ਸਿੰਘ ਰਾਜੇਵਾਲ ਅੱਜ ਇੱਕ ਮਿੰਟ ਇੱਕ ਗੱਲ ਕਰ ਲਾਂ ਮੈਂ, ਮੇਰੇ ਜਵਾਬ ਉਹਨਾਂ ਦੇ ਸਵਾਲਾਂ ਦੇ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ। ਉਹਨਾਂ ਦਾ ਹੱਲ ਹੋਣਾ ਜਿਹੜੀ ਮੌਜੂਦਾ ਸਰਕਾਰ ਬਣੂਗੀ ਉਹਦੇ ਨਾਲ ਟੇਬਲ ਤੇ ਬੈਠ ਕੇ ਆਪਣੀ ਗੱਲ ਮੁਕਾਉਣੀ। ਬਿਲਕੁਲ ਗੱਲ ਕਰਦੇ ਆ, ਬੀਜੇਪੀ ਦੇ ਨੁਮਾਇੰਦੇ ਕੈਬਨਿਟ ਮਿਨਿਸਟਰ ਆਪ ਚੱਲ ਕੇ ਆਏ ਆ ਇੱਥੇ, ਕਿ ਨਾ ਕਿ ਉਹਨਾਂ ਨੂੰ ਜਾਣਾ ਪਿਆ ਦਿੱਲੀ। ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਦਰਵਾਜ਼ੇ ਖੁੱਲ੍ਹੇ ਨੇ, ਔਰ ਇਹ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ, ਇਹ ਮੁਮਕਿਨ ਨਹੀਂ ਕਿ ਇਹ ਸਰਕਾਰ ਕੁਛ ਕਰ ਸਕਦੀ। ਜਿਹੜੀ ਨਵੀਂ ਸਰਕਾਰ ਬਣੂਗੀ ਜ਼ਰੂਰ ਗੱਲਬਾਤ ਦੇ ਵਿੱਚ ਕੋਸ਼ਿਸ਼ ਕਰਾਂਗੇ। ਕਿਸਾਨ ਕਹਿੰਦੇ ਕਿ ਬੀਜੇਪੀ ਨੇ ਸੀਟ ਦਿੱਤੀ ਹੈ ਮਹਾਰਾਣੀ ਪ੍ਰਤਾਪ, ਲੇਕਿਨ ਅਸੀਂ ਗੱਲ ਕਰਨਾ ਚਾਹੁੰਦੇ ਕਿ ਸਾਨੂੰ ਮਿਲਣ ਨਹੀਂ ਦਿੰਦੇ ਮਹਾਰਾਣੀ ਪ੍ਰਤਾਪ। ਦੇਖੋ ਇਹ ਗੱਲ ਨਹੀਂ ਹੈ, ਗੱਲ ਆਰਾਮ ਨਾਲ ਕਰੀਏ। ਜਿਹੜਾ ਰੌਲਾ ਰੱਪਾ ਹੁੰਦਾ ਉਹਦੇ ਵਿੱਚ ਗੱਲ ਨਹੀਂ ਹੁੰਦੀ। ਪਰ ਮੇਰੀ ਜਵਾਬ ਦੇ ਕੇ ਉਹਨਾਂ ਦਾ ਹੱਲ ਨਹੀਂ ਹੋਏਗਾ, ਹੱਲ ਉਹਨਾਂ ਦਾ ਮੌਜੂਦਾ ਸਰਕਾਰ ਦੇ ਨਾਲ ਬੈਠ ਕੇ ਉਹੀ ਹੱਲ ਕਰ ਸਕਦੇ। ਕੋਈ ਜੋ ਸਹੀ ਨਾਰਾ ਹੁੰਦਾ ਨਾ ਉਹ ਕਰਨਾ ਚਾਹੀਦਾ। ਫਕੀਰ ਇੱਕ ਅਲੱਗ ਗੱਲ ਹੈ, ਇੱਕ ਸਿਆਸਤਦਾਨ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਅਲੱਗ ਗੱਲ ਹੈ। ਸੋ ਠੀਕ ਹੈ, ਉਹਨਾਂ ਨੇ ਇਹ ਨਾਰਾ ਦਿੱਤਾ, ਲੋਕ ਦੇਖ ਲੈਣਗੇ ਵੀ ਕੌਣ ਹੈਗਾ ਕੀ ਹੈਗਾ, ਇਹਦੇ ਉੱਤੇ ਮੈਂ ਮਹਿਣਾ ਹੀ ਨਹੀਂ ਰੱਖਦੀ। ਦੇਖੋ ਮੈਂ ਨਹੀਂ ਕਹਿ ਸਕਦੀ, ਇਹ ਕਿਸਾਨ ਦੇ ਲੀਡਰ ਔਰ ਜਦ ਮੌਜੂਦਾ ਸਰਕਾਰ ਬਣ ਜਾਊਗੀ ਉਸ ਟਾਈਮ ਦੀ 2024 ਜੂਨ ਦੇ ਬਾਅਦ ਉਹ ਹੀ ਪਤਾ ਚੱਲੂਗਾ, ਇਸਦੇ ਉੱਤੇ ਮੈਂ ਕੁਛ ਕਹਿ ਨਹੀਂ ਸਕਦਾ। ਦੇਖੋ ਇਸ ਮਾਹੌਲ ਦੇ ਵਿੱਚ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਮੈਂ ਕਿਸਾਨਾਂ ਦੇ ਮੁੱਦੇ ਦੀ ਜਾਣੂ ਹੈ, ਜੋ ਉਸਦੇ ਬਾਅਦ ਇਲੈਕਸ਼ਨਾਂ ਬਾਅਦ ਸਾਨੂੰ ਦੱਸਣਗੇ ਅਸੀਂ ਜ਼ਰੂਰ ਉਹਨਾਂ ਦੇ ਅੱਗੇ ਪਹੁੰਚਾਵਾਂਗੇ, ਪਰ ਗੱਲਬਾਤ ਉਹਨਾਂ ਦੀ ਉੱਥੇ ਹੀ ਮੁੱਕੂਗੀ ਟੇਬਲ ਤੇ। ਲਾਸਟ ਕੁਐਸਚਨ, ਦੇਖੋ ਇਹ ਉਹਨਾਂ ਦੇ ਜੋ ਸੁਰਿੰਦਰ ਜੀ ਜਿਹੜੇ ਗੁਜ਼ਰੇ ਨੇ ਉਹਨਾਂ ਦੇ ਭਤੀਜੇ ਦੇ ਕਹੇ 'ਤੇ ਇੱਕ FRI ਦਰਜ ਹੋਈ, ਉਹ ਬਣਦਾ ਸੀ ਕਿ ਉਹਨਾਂ ਨੇ ਜੋ ਕੰਪਲੇਂਟ ਕੀਤੀ ਉਹ ਦਰਜ ਹੋਈ, ਪਰ ਜਿਹੜੀ ਗ੍ਰਿਫਤਾਰੀ ਹੱਲੇ ਗ੍ਰਿਫਤਾਰੀ ਤਾਂ ਹੋਊਗੀ ਜੇ ਕੋਈ ਉਹਦਾ ਸਬੂਤ ਮਿਲੇ। ਪੂਰਾ ਇਹ ਛਾਣਬੀਨ ਕਰਕੇ ਹੋਣੀ ਚਾਹੀਦੀ ਹੈ, ਹਰੇਕ ਆਦਮੀ ਦਾ ਆਪਣਾ ਹੱਕ ਹੈ।
ਸੋ ਮਹਾਰਾਣੀ ਪਰਨੀਤ ਕੌਰ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ, ਜਿੱਥੇ ਡੱਲੇਵਾਲ ਵੱਲੋਂ ਵੀ ਬੀਤੇ ਦਿਨੀ ਕਿਹਾ ਗਿਆ ਸੀ ਮਹਾਰਾਣੀ ਦਾ ਵੀ ਪਰਚੇ ਦੇ ਵਿੱਚ ਨਾਮ ਆਉਣਾ ਚਾਹੀਦਾ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪਾਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦੇਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।